ਡੇਰਾਬੱਸੀ ਦੇ ਵਿੱਚ ਕੱਲ੍ਹ ਇੱਕ ਆਈਲੈਟਸ ਕੋਚਿੰਗ ਸੈਂਟਰ ਤੇ ਕੰਸਲਟੇਸ਼ਨ ਸੈਂਟਰ ਤੇ ਫਾਇਰਿੰਗ ਦਾ ਇੰਸੀਡੈਂਟ ਹੋਇਆ ਸੀਗਾ, ਜਿਸ ਦੇ ਵਿੱਚ ਵੀਡੀਓ ਫੁਟੇਜ ਸਾਹਮਣੇ ਆਈ ਸੀ, ਜਿਸ ਦੇ ਵਿੱਚ ਦੋ ਨੌਜਵਾਨ ਵਿਅਕਤੀ ਨਜ਼ਰ ਆ ਰਹੇ ਸੀਗੇ ਜਿਨ੍ਹਾਂ ਨੇ ਮੂੰਹ ਢੱਕੇ ਹੋਏ ਸੀਗੇ, ਉਹਨਾਂ ਨੇ 5-6 ਰਾਊਂਡ ਜਿਹੜੇ ਹੈਗੇ ਫਾਇਰ ਕੀਤੇ ਸੀਗੇ। ਸੋ ਉਹ ਅਸੀਂ ਜਿਹੜੀ ਹੈਗੀ ਸਾਨੂੰ ਲੀਡਸ ਮਿਲਣੀ ਸ਼ੁਰੂ ਹੋ ਗਈ ਸੀਗੀ ਵਿਦਇਨ 5-6 ਆਵਰਸ ਆਫ ਦੀ ਇੰਸੀਡੈਂਟ, ਅਤੇ ਹੁਣ 24 ਘੰਟੇ ਦੇ ਅੰਦਰ ਅਸੀਂ ਜਿਹੜਾ ਹੈਗਾ ਉਹ ਮੁਕੱਦਮਾ ਟਰੇਸ ਕਰਕੇ ਅਤੇ ਦੋਸ਼ੀ ਵੀ ਗ੍ਰਿਫਤਾਰ ਕਰਨੇ। ਇਸ ਕੇਸ ਦੇ ਵਿੱਚ 3 ਅਕਿਊਜ਼ ਅਸੀਂ ਫੜੇ ਹੈਗੇ, ਜਿਹਦੇ ਵਿੱਚ 2 ਬਾਲਿਗ ਹੈ, 1 ਨਾਬਾਲਿਗ ਹੈਗਾ। ਜਿਹੜੇ ਬਾਲਗ ਦੋਸ਼ੀ ਹੈਗੇ ਉਹਦੇ ਵਿੱਚ ਇੱਕ ਮੋਹਿਤ ਕੁਮਾਰ ਹੈ ਜੋ ਕਿ ਅੰਬਾਲਾ ਹਰਿਆਣਾ ਦਾ ਰਹਿਣ ਵਾਲਾ ਹੈਗਾ, ਇਹਦਾ ਪਿੰਡ ਹੈ ਲਖਨੌਰਾ ਦਾ, ਜਿਹਦੀ ਉਮਰ 23 ਸਾਲ ਹੈਗੀ ਹੈ, ਤੋ ਇਹਦੀ ਗ੍ਰਿਫਤਾਰੀ ਵੀ ਉੱਥੋਂ ਹੀ ਕੀਤੀ ਗਈ ਹੈ। ਦੂਜਾ ਹੈਗਾ ਜਗਦੀਪ ਸਿੰਘ ਉਰਫ ਜੱਗੂ, ਇਹ ਆਪਣੇ ਡੇਰਾ ਬੱਸੀ ਦਾ ਹੀ ਰਹਿਣ ਵਾਲਾ ਹੈਗਾ, ਲੇਕਿਨ ਇਹਦੀ ਵੀ ਗ੍ਰਿਫਤਾਰੀ ਜਿਹੜੀ ਹੈਗੀ ਅੰਬਾਲੇ ਤੋਂ ਕੀਤੀ ਗਈ ਹੈ, 19 ਸਾਲ। ਤੀਜਾ ਹੈਗਾ ਜੀ ਜੁਵੀਨਾਈਲ ਹੈਗਾ, ਸੋ ਉਹਦੀ ਉਹ ਵੀ ਆਪਣੇ ਡੇਰਾ ਬੱਸੀ ਦਾ ਰਹਿਣ ਵਾਲਾ ਹੈਗਾ। ਜਿਹੜਾ ਇਹ ਮੋਹਿਤ ਹੈ ਅਤੇ ਜੁਵੀਨਾਈਲ ਹੈ, ਇਹਨਾਂ ਦੀ ਵੀਡੀਓ ਜਿਹੜੀ ਹੈਗੀ ਹੈ ਉਹ ਆਪਣੇ ਇਸ ਦੇ ਵਿੱਚ ਆ ਰਹੀ ਸੀਗੀ ਜਦੋਂ ਇੰਸੀਡੈਂਟ ਦੀ ਜਿਹੜੀ ਵੀਡੀਓ ਵਾਇਰਲ ਹੋਈ ਹੈ ਬਾਈਕ 'ਤੇ। ਸੋ ਜਿਹੜਾ ਤੀਜਾ ਵਿਅਕਤੀ ਹੈਗਾ ਜੱਗੂ, ਇਹ ਕੌਨਸਪੀਰੇਸੀ ਦੇ ਵਿੱਚ ਸ਼ਾਮਿਲ ਸੀਗਾ। ਸੋ ਜਿਹੜੀ ਹੁਣ ਤੱਕ ਰਿਕਵਰੀਜ਼ ਹੋਈ ਹੈ, ਇਹਨਾਂ ਤੋਂ ਇੱਕ ਪਿਸਟਲ, 32 ਬੋਰ ਦਾ ਸਮੇਤ ਇੱਕ ਜ਼ਿੰਦਾ ਕਾਰਤੂਸ ਦੇਸੀ, ਇੱਕ ਦੇਸੀ ਪਿਸਟਲ, ਦੂਜਾ 315 ਬੋਰ ਦਾ ਸਮੇਤ 2 ਜ਼ਿੰਦਾ ਕਾਰਤੂਸ, ਅਤੇ ਇੱਕ ਜਿਹੜਾ ਮੋਟਰਸਾਈਕਲ ਸਪਲੈਂਡਰ ਇਹਨਾਂ ਨੇ ਵਾਰਦਾਤ ਦੇ ਵਿੱਚ ਵਰਤਿਆ ਸੀਗਾ ਉਹ ਬਰਾਮਦ ਕੀਤਾ ਗਿਆ। ਬਾਕੀ ਇਹਨਾਂ ਦੇ ਮੋਬਾਈਲ ਫੋਨ ਵਗੈਰਾ ਜਿਹੜੇ ਹੈਗੇ ਉਹ ਵੀ ਅਸੀਂ ਚੈੱਕ ਕਰਕੇ ਉਹਨਾਂ ਨੂੰ ਅੰਦਰ ਆਪਣੇ ਲੈ ਕੇ ਉਹਨਾਂ ਦੀ ਫੋਰੈਂਸਿਕ ਕਰਾਵਾਂਗੇ। ਸੋ ਹੁਣ ਤੱਕ ਜਿਹੜੀ ਗੱਲ ਸਾਹਮਣੇ ਆਈ ਹੈ, ਇੱਕ ਜਿਹੜੀ ਚਿੱਠੀ ਸੀਗੀ ਉਸਦੇ ਵਿੱਚ ਮਨਜੀਤ ਸਿੰਘ ਗੁਰੀ ਦਾ ਨਾਂ ਲਿਖਿਆ ਸੀਗਾ ਜੋ ਕਿ ਇਸ ਵਕਤ ਤਿਹਾੜ ਜੇਲ੍ਹ ਦੇ ਵਿੱਚ ਬੰਦ ਹੈਗਾ। ਜਿਹੜੀ ਚਿੱਠੀ ਦੇ ਵਿੱਚ ਇਹਨਾਂ ਨੇ ਲਿਖਿਆ ਸੀਗਾ ਉਸਦੇ ਵਿੱਚ ਇਹ ਕਹਿ ਰਿਹਾ ਸੀਗਾ ਕਿ ਮੈਂ ਮਨਜੀਤ ਸਿੰਘ ਗੁਰੀ ਹਾਂ ਅਤੇ ਮੇਰਾ ਜਿਹੜਾ ਹੈਗਾ ਉਹ ਥ੍ਰੈਟ, ਇੱਕ ਥ੍ਰੈਟ ਐਕਸਟੋਰਸ਼ਨ ਟਾਈਪ ਦੀ ਉਹਦੇ ਵਿੱਚ ਡਿਮਾਂਡ ਕਰ ਰਿਹਾ ਸੀਗਾ, ਜਿਹੜਾ ਕਿ ਐਂਗਲ ਹਜੇ ਵੈਰੀਫਾਈ ਕਰਨਾ ਹੈ ਕਿ ਐਕਚੁਅਲ 'ਚ ਚਿੱਠੀ ਦੀ ਜਿਹੜੀ ਹੈਗੀ ਉਹ ਸੱਚਾਈ ਕਿੰਨੀ ਹੈਗੀ ਹੈ, ਤੋ ਕਿ ਐਕਚੁਅਲੀ ਕੀ ਉਹਦੇ ਵੱਲੋਂ ਇੰਸਟਰਕਸ਼ਨ ਸੀਗੇ ਕਿ ਇਹਨਾਂ ਨੇ ਆਪ ਹੀ ਕਾਰਵਾਈ ਕੀਤੀ ਸੀਗੀ, ਉਹ ਅਸੀਂ ਡਿਊਰਿੰਗ ਇਨਵੈਸਟੀਗੇਸ਼ਨ ਵੈਰੀਫਾਈ ਕਰਾਂਗੇ। ਜਿਹੜੀ ਹੁਣ ਤੱਕ ਦੀ ਇਨਵੈਸਟੀਗੇਸ਼ਨ ਹੈਗੀ ਹੈ ਉਹਦੇ ਵਿੱਚ ਇਹ ਸਾਹਮਣੇ ਆਇਆ ਹੈ ਕਿ ਜਦੋਂ ਇਹ ਗੁਰੀ ਗ੍ਰਿਫਤਾਰ ਹੋਣ ਤੋਂ ਪਹਿਲਾਂ ਬਾਹਰ ਸੀਗਾ ਉਦੋਂ ਇਹਦੇ ਵਿੱਚ 1-2 ਵਿਅਕਤੀ ਜਿਹੜੇ ਹੈਗੇ ਉਹਦੇ ਕੰਟੈਕਟ ਦੇ ਵਿੱਚ ਹੋ ਸਕਦੇ ਆ, ਜਿਹੜੀ ਸਾਡੀ ਪ੍ਰੀਲਿਮਿਨਰੀ ਇਨਵੈਸਟੀਗੇਸ਼ਨ ਕਹਿੰਦੀ ਹੈ। ਬਟ ਦੈਟ ਇਜ਼ ਅ ਮੈਟਰ ਜਿਹੜਾ ਕਿ ਅਸੀਂ ਇਨਵੈਸਟੀਗੇਸ਼ਨ ਕਰਕੇ ਠੋਸ ਜਿਹੜੇ ਹੈਗੇ ਸਬੂਤ ਲਾਉਣ ਤੋਂ ਬਾਅਦ ਹੀ ਕਹਾਂਗੇ। ਜਿਹੜੇ ਲੋਕਲ ਬੰਦੇ 2 ਸ਼ਾਮਿਲ ਹੈਗੇ, ਸੋ ਜੁਵੀਨਾਈਲ ਦਾ ਜਿਹੜਾ ਰੋਲ ਹੁਣ ਤੱਕ ਸਾਹਮਣੇ ਆਇਆ ਉਹੀ ਹੈ ਕਿ ਉਹਨੇ ਰੈਕੀ ਕਰਵਾਈ ਸੀਗੀ ਜੁਵੀਨਾਈਲ ਦਾ, ਅਤੇ ਜਿਹੜਾ ਜੱਗੂ ਹੈਗਾ ਉਹਦਾ ਵੀ ਰੋਲ ਪਲੈਨਿੰਗ ਅਤੇ ਰੈਕੀ ਦੇ ਵਿੱਚ ਹੈ। ਫਾਇਰ ਸਰ ਕਿਵੇਂ ਕੀਤਾ ਸੀ ਜੁਵੀਨਾਈਲ ਔਰ ਉਸ ਦੇ ਵਿੱਚ? ਮੋਹਿਤ ਨੇ ਫਾਇਰ ਕੀਤਾ ਸੀ। ਸਰ ਇਹ ਵੈਪਨ ਕਿੱਥੋਂ ਆਏ, ਕਿੰਨੇ ਦਿਨਾਂ ਤੋਂ ਇਹ ਚੱਲ ਰਿਹਾ ਸੀ ਸਾਰਾ ਪਲਾਨ, ਹੁਣ ਤੱਕ ਦੀ ਇਨੀਸ਼ੀਅਲ ਇਨਵੈਸਟੀਗੇਸ਼ਨ? ਤੋ ਅੱਜ ਇਹਨਾਂ ਨੂੰ ਅਰੈਸਟ ਕੀਤਾ ਗਿਆ ਹੈ, ਹੁਣ ਇਹਨਾਂ ਦੇ ਨਾਲ ਪੁੱਛਗਿੱਛ ਕਰਾਂਗੇ, ਉਹਦੇ ਵਿੱਚ ਸਾਰੀ ਗੱਲ ਸਾਹਮਣੇ ਆਈ। ਸਰ ਇਹ ਮਨਜੀਤ ਪੁਰੀ ਦਾ ਜਿਹੜਾ ਨਾਲ ਹੈ ਜਿਹੜਾ ਤਿਹਾੜ ਦੇ, ਇਹ ਇਹਨਾਂ ਦੇ ਹੀ ਐਸੋਸੀਏਟਸ ਨੇ ਜਾਂ ਇਹਨਾਂ ਦੇ ਪਿੰਡ ਦੇ, ਜਾਂ ਫਿਰ ਹਜੇ ਤੱਕ ਕੋਈ ਇਨੀਸ਼ੀਅਲ ਇਨਵੈਸਟੀਗੇਸ਼ਨ ਚਾਹੇ? ਉਹਨੇ ਕਈ ਵਾਰੀ ਇਹ ਦੇਖਣ 'ਚ ਆਇਆ ਹੈ ਕਿ ਬੰਦਾ ਜਿਹੜਾ ਕੋਈ ਕਿਸੇ ਦਾ ਨਾਂ ਲੈ ਕੇ ਕਰਦੇ ਡਾਇਰੈਕਟਲੀ ਇਨਵੋਲਵ ਨਹੀਂ ਹੁੰਦੇ, ਕਈ ਵਾਰ ਹੁੰਦੇ ਹੈ। ਸੋ ਇਸ ਚੀਜ਼ 'ਤੇ ਹੁਣ ਤੱਕ ਆਪਾਂ ਕੰਮ ਟਿੱਪਣੀ ਨਹੀਂ ਕਰ ਸਕਦੇ ਜਦ ਤੱਕ ਸਾਨੂੰ ਠੋਸ ਵੈਰੀਫਿਕੇਸ਼ਨ ਇਹਦੀ ਨਾ ਹੋਵੇ। ਸਰ ਇੱਕ ਸਰ 20 ਜੁਲਾਈ ਨੂੰ ਕੇਸ ਹੋਈ ਜਿਹੜਾ ਤੁਸੀਂ ਵਿੱਚ 200 ਮੀਟਰ ਦੇ, ਉਹਦਾ ਇਹ ਮਤਲਬ ਸਾਰਾ ਕੁਝ ਸੇਮ ਫੈਸ਼ਨ 'ਚ ਹੋ ਸੀ, ਤੁਹਾਨੂੰ ਕੱਲ੍ਹ ਵੀ ਪਤਾ ਲੱਗ ਰਿਹਾ ਸੀਗਾ, ਉਹਦੇ ਵਿੱਚ ਵੀ ਚਿੱਠੀ ਲਾਈਨਦਾਰ ਕਾਗਜ਼ 'ਚ ਲਿਖਾਈ ਜਿਸ ਤਰ੍ਹਾਂ ਟੁੱਟੀ ਹੁੰਦੀ ਸੀਗੀ, ਉਹਦੇ ਵਿੱਚ ਵੀ ਮਤਲਬ ਨਾਬਾਲਿਗ ਸੀਗੇ, ਹਾਲਾਂਕਿ ਇਹਦੇ ਵੀ ਵਿੱਤੀ ਜਿੱਦਾਂ ਵਿੱਚ ਜੁਮੀਨਾਂ ਮਿਲਿਆ ਗਿਆ, ਕੋਈ ਕਨੈਕਸ਼ਨ ਲੱਗਦਾ ਇਹਦਾ? ਕਰਵਾ ਲਾਂਗੇ, ਮੈਚ ਕਰਵਾ ਲਾਂਗੇ, ਚਿੱਠੀ ਵਗੈਰਾ ਦੇਖ ਲਾਂਗੇ।
ਸੋ ਉਹ ਜਿਹੜਾ ਇੰਸੀਡੈਂਟ ਹੈਗਾ ਉਹ ਤੋਂ ਇਹਨੂੰ ਮੈਚ ਕਰ ਲਾਂਗੇ, ਜੇ ਇਨਵੈਸਟੀਗੇਸ਼ਨ ਦੇ ਵਿੱਚ ਆਏਗਾ ਜ਼ਰੂਰ ਇਹਨੂੰ ਇਸ ਫੈਕਟਰ ਨੂੰ ਅਸੀਂ ਐਗਜ਼ਾਮਿਨ ਕਰਾਂਗੇ, ਪੇਸ਼ ਕਰਦਾ ਕੋਰਟ ਸਰ ਰਿਮਾਂਡ ਲੈ ਲੈਣਾ, ਉਹ ਜਿਹੜਾ ਯੂਜੁਅਲ ਪ੍ਰੋਸੈਸ ਹੈ ਜੀ ਉਹ ਕਰਾਂ। ਨਹੀਂ ਮੋਹਿਤ ਬੰਦ ਨਹੀਂ, ਇਹ ਗੁਰੀ 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 ਬੰਦ ਹੈ, ਗੁਰੀ ਤਿਹਾੜ ਜੇਲ੍ਹ ਮੇਂ ਬੰਦ ਹੈ, ਤੋ ਉਸਕਾ ਅਗਰ ਇਸਮੇਂ ਤਫਤੀਸ਼ ਕੇ ਦੌਰਾਨ ਅਗਰ ਲਿੰਕ ਸਾਹਮਣੇ ਆਏਗਾ ਤੋ ਫਿਰ ਆਗੇ ਉਸਕੋ ਪ੍ਰੋਸੈਸ ਕਰੇਂਗੇ ਕਿ ਜੀ ਕਿਆ ਇਸਕਾ ਲਿੰਕ ਹੈ ਔਰ ਕਿਉਂ ਬੰਦ ਹੈ, ਕਿਸ ਲਈ ਹੈ। ਸਰ ਪਿਛਲੇ ਸਾਲ ਵੀ ਗੁਰੀ ਕੋ ਮੋਹਾਲੀ ਪੁਲਿਸ ਨੇ ਅਰੈਸਟ ਕੀਆ, ਮੇਰੇ ਖਿਆਲ ਸੇ ਸਰ ਆਪਕੀ ਟੀਮ ਨੇ ਕੋਈ ਜੀਰਪੁਰ ਮੇਂ, ਯੇ ਵਹੀ ਕ੍ਰਿਮੀਨਲ ਹੈ ਜੋ ਚਿੱਠੀ ਕੇ ਅੰਦਰ ਜਿਸਕਾ ਨਾਮ ਲਿਖਾ ਗਿਆ ਹੈ, ਉਹ ਨਾਮ ਤੋ ਉਸੀ ਕ੍ਰਿਮੀਨਲ ਕਾ ਹੈ, ਬਟ ਯੇ ਉਸਕੇ ਐਸੋਸੀਏਟ ਹੈ, ਉਸਕੋ ਇਸਨੇ ਕੋਈ ਇੰਸਟ੍ਰਕਸ਼ਨ ਦੀਏ ਥੇ ਕਿ ਨਹੀਂ ਦੀਏ ਥੇ, ਉਹ ਜਦੋਂ ਅਸੀਂ ਤਫਤੀਸ਼ ਕਰਾਂਗੇ ਫਿਰ ਟਿੱਪਣੀ ਕਰ ਸਕਦੇ। ਸਰ ਇਹ ਪਰਸਨ ਦੇ ਕੋਈ ਪਹਿਲੇ ਮਾਮਲਾ ਕਰਦੇ ਜੋ ਅਰੈਸਟ ਹੋ, ਬੈਕਗ੍ਰਾਉਂਡ ਕੀ ਹੈ ਸਰ? ਇਨਮੇ ਸੇ ਜੀ ਏਕ ਵਿਅਕਤੀ ਜੋ ਹੈ ਉਸਕੇ ਕ੍ਰਿਮੀਨਲ ਬੈਕਗ੍ਰਾਉਂਡ ਹੈ ਸਿਰਫ, ਔਰ ਬਾਕੀ ਕਿਸੀ ਬਾਕੀ ਦੋ ਵਿਅਕਤੀਓ ਕਾ ਜੁਵੇਨਲ ਕਾ ਵੀ ਕ੍ਰਿਮੀਨਲ ਬੈਕਗ੍ਰਾਉਂਡ ਨਹੀਂ ਹੈ, ਤੇ ਦੂਸਰੇ ਵਿਅਕਤੀ ਕਾ ਵੀ ਕੋਈ ਕ੍ਰਿਮੀਨਲ ਬੈਕਗ੍ਰਾਉਂਡ, ਬਾਕੀ ਇਹ ਜੋ ਕ੍ਰਿਮੀਨਲ ਬੈਕਗ੍ਰਾਉਂਡ ਅਭੀ ਤੱਕ ਪਤਾ ਲਗਾ ਹੈ ਵੋ ਮੌਖਿਕ ਜੋ ਇਨ ਲੋਗੋ ਨੇ ਆਪਣੇ ਪ੍ਰਾਇਮਰੀ ਪੁਛਗਿਛ ਮੇਂ ਬਤਾਇਆ ਹੈ, ਬਟ ਇਸਕੋ ਹਮ ਚੈੱਕ ਕਰੇਂਗੇ, ਚੈੱਕ ਕਰਕੇ ਵੈਰੀਫਾਈ ਕਰੇਂਗੇ। ਮੋਹਿਤ ਹੈ ਸਰ ਕੌਣ ਹੈ? ਹਾਂਜੀ ਮੋਹਿਤ ਕਾ ਕ੍ਰਿਮੀਨਲ ਬੈਕਗ੍ਰਾਉਂਡ ਬਤਾਇਆ। ਇਹ ਜਿਹੜਾ ਕੱਲ ਵੀ ਡਾਕਟਰ ਜਿਹੜਾ ਕੀ ਹੈ ਕੀਤਾ ਇਹਨਾਂ ਸਾਰੇ, ਉਹ ਇਸ ਲੈਵਲ ਤੇ ਜੀ ਨੰਬਰ ਜਿਹੜੇ ਉਹਨਾਂ ਨੂੰ ਕੋਈ ਪਹਿਲਾਂ ਆਏ ਸੀਗੇ ਸਾਲ ਪਹਿਲਾਂ ਜਿਹੜੇ ਕਿ ਦੱਸ ਰਹੇ ਹੈ, ਸੋ ਉਹ ਨੰਬਰ ਵੈਰੀਫਾਈ ਕਰਕੇ ਕਲੀਅਰ ਹੋਏਗਾ ਕਿ ਕੌਣ ਸੀ। ਉਹ ਵੈਰੀਫਾਈ ਕਰਾਂਗੇ ਜੀ, ਉਹਦੀ ਓਨਰਸ਼ਿਪ ਕਬਜ਼ੇ ਚ ਆ ਗਿਆ, ਹੁਣ ਲੈਟ ਅਸ ਵੈਰੀਫਾਈ ਕਿ ਕਿੱਥੋਂ ਆਏ ਸੀ। ਲੋਕਲ ਬੰਦਾ ਹੈਗਾ ਜਿਹੜਾ ਮੈਂ ਦੱਸਿਆ ਪ੍ਰਾਇਮਰੀ ਰੇਕੀ ਦਾ, ਉਹਦਾ ਰੋਲ ਸਾਹਮਣੇ ਆ ਰਿਹਾ ਕਿ ਲੋਕਲ ਰੇਕੀ ਉਹਨੇ ਕਰਵਾਈ ਸੀ। ਹੁਣ ਤੱਕ ਦੀ ਇਨਵੈਸਟੀਗੇਸ਼ਨ ਚ ਕੋਈ ਸਾਹਮਣੇ ਆਇਆ ਕਿ ਜਿਹੜੇ ਤਿੰਨ ਫੜੇ ਗਏ ਨੇ ਇਹਨਾਂ ਤੋਂ ਇਲਾਵਾ ਵੀ ਕੋਈ ਹੋਰ ਵੀ ਇਹਨਾਂ ਦਾ ਕੋਈ ਮਾਸਟਰ ਮਾਇੰਡ ਕਹਿ ਲਓ ਜਾਂ ਫਿਰ ਇਹਨਾਂ ਦਾ ਕੋਈ ਸਾਥੀ ਕਹਿ ਲਓ ਜਿਹਨਾਂ ਨੇ ਇਹਨੂੰ ਸ਼ੈਲਟਰ ਦਿੱਤੀ, ਕਿਉਂਕਿ ਇਹ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਭੱਜ ਗਏ? ਪਹਿਲਾ ਸਵਾਲ ਸਰ। ਦੂਜਾ ਇਹ ਕਿ ਕਿੱਥੇ ਭੱਜੇ ਸੀਗੇ, ਸਾਰੇ ਨਾਲ ਹੀ ਫੜੇ ਗਏ ਨੇ ਜਾਂ ਇਹਨਾਂ ਨੂੰ ਡਿਫਰੈਂਟ ਪਲੇਸਿਸ ਤੋਂ ਫੜਿਆ? ਇਹ ਜੀ ਦੇਖੋ ਵਾਰਦਾਤ ਤੋਂ ਬਾਅਦ ਬੰਦੇ ਡਿਸਪਰਸ ਹੋ ਜਾਂਦੇ ਕਈ ਵਾਰ, ਔਰ ਬਾਕੀ ਜਿਹੜਾ ਮੇਨ ਹੈਗਾ ਕਿ ਇਹਨਾਂ ਦਾ ਮੋਟਿਵ ਕੀ ਸੀਗਾ, ਇਹਨਾਂ ਦੇ ਪਿੱਛੇ ਕੌਣ ਸੀਗਾ, ਵਿਦਿਨ 24 ਆਵਰਸ ਅਸੀਂ ਇਹਨੂੰ ਟਰੇਸ ਕਰ ਲਿਆ, ਬੰਦੇ ਅਰੈਸਟ ਕਰ ਲਏ ਹੈ, ਸੋ ਗਿਵ ਅਸ ਸਮ ਟਾਈਮ ਫਾਰ ਦੈਟ, ਵੀ ਵਿਲ ਇਨਵੈਸਟੀਗੇਟ ਐਂਡ ਲੈਟ ਯੂ। ਸਰ ਪੁਲਿਸ ਦੇ ਨਾਲ ਏਜੰਸੀਜ਼ ਹੋਰ ਕਿਹੜੀ ਕਿਹੜੀ ਸੀ ਨਾਲ ਸੀ ਆਈਏ ਤੇ ਹੋਰ ਪਤਾ ਨਹੀਂ, ਉਹ ਸਾਰਾ ਪ੍ਰੈਸ ਨੋਟ ਚ ਪਾਤਾ। ਪੂਰੀ ਮਜੀਦ ਪੂਰੀ ਹੈ ਉਹਦੇ ਪਰਿਵਾਰ ਨਾਲ ਵੀ ਕੀਤੀ ਸੀ, ਉਹਨਾਂ ਨੂੰ ਵੀ ਰਾਉਂਡ ਅਪ ਕੀਤਾ ਗਿਆ ਸੀ। ਨਹੀਂ ਹੁਣ ਤਾਂ ਇਹ ਤਿੰਨ ਬੰਦੇ ਜਿਹੜੇ ਰਾਊਂਡ ਅਪ ਕੀਤੇ ਦੱਸਤਾ ਜੀ, ਉਹ ਟੀਮਸ ਦੇ ਜਿਹੜੇ ਆਪਰੇਸ਼ਨਲ ਡਿਟੇਲਸ ਹੈ ਉਹ ਅਸੀਂ ਸਾਂਝੀ ਨਹੀਂ ਕਰਦੇ। ਹਾਲਾਂਕਿ ਤੁਸੀਂ ਬਹੁਤ ਅੱਛਾ ਇਹਨੂੰ ਬ੍ਰੇਕਅਪ ਕਰ ਦਿੱਤਾ ਸਾਰਾ ਕੁਛ ਵਿਦਿਨ 18 ਆਵਰਸ ਚੱਲ ਗਿਆ, ਜਾਂ ਕਹਿ ਲਓ ਅੰਦਰ ਮਤਲਬ 24 ਆਵਰਸ, ਬਟ ਸਰ ਨਾਬਾਲਿਗ ਦੀ ਜਿਹੜੇ ਲੋਕ ਹੈ ਬੱਚੇ ਹੈ ਉਹਨਾਂ ਦੀ ਇਨਵੋਲਵਮੈਂਟ ਲੈ ਕੇ ਕਿਆ ਲੱਗਦਾ ਨਹੀਂ ਵੀ ਇਹਨਾਂ ਨੂੰ ਸੰਗੀਨ ਜੁਰਮ ਤੋਂ ਮਤਲਬ ਸਜ਼ਾ ਤੋਂ ਬਚਾਉਣ ਵਾਸਤੇ, ਇਹਨਾਂ ਦੀ ਪਹਿਚਾਣ ਤੋਂ ਛੁਪਾਉਣ ਵਾਸਤੇ, ਇਹਨਾਂ ਦੀ ਆਈਡੈਂਟੀ ਲੁਕਾਉਣ ਵਾਸਤੇ ਇਹਨਾਂ ਦਾ ਇਸਤੇਮਾਲ ਜ਼ਿਆਦਾ ਹੋ ਰਿਹਾ ਕੁਛ ਗੈਂਗਸਟਰ ਕਰ ਰਹੇ? ਦੇਖੋ ਉਹ ਤਾਂ ਬੜਾ ਵਿਸ਼ਾ ਹੈਗਾ, ਮਾਨ ਜੋ ਕੋਰਟਸ ਵੀ ਇਸ ਚੀਜ਼ ਨੂੰ ਐਨਾਲਾਈਜ਼ ਕਰ ਰਹੇ ਹੈ, ਲੈਜਿਸਲੇਚਰ ਵੀ ਕਰ ਰਿਹਾ, ਕੁਛ ਅਮੈਂਡਮੈਂਟਸ ਵੀ ਇਹਦੇ ਮੁਤਲਕ ਹੋਈ ਹੈ, ਜਿਹੜੇ ਨਵੇਂ ਕਾਨੂੰਨ ਆਏ ਉਹਦੇ ਵਿੱਚ ਵੀ ਹੁੰਦੀ ਹੈ, ਸੋ ਇਟ ਇਜ਼ ਅ ਬਿਗਰ ਇਸ਼ੂ ਜਿਹੜਾ ਕਿ ਐਡਰੈਸ ਬਿਗਰ ਫੋਰਮ ਤੇ ਹੋਏਗਾ, ਬਟ ਅਸੀਂ ਇਹਦੇ ਵਿੱਚ ਜਿਹੜਾ ਹੈਗਾ ਜਿਹੜਾ ਵੀ ਆਨਰੇਬਲ ਕੋਰਟ ਇਹਨੂੰ ਡੀਲ ਕਰੇਗਾ, ਇਟ ਇਜ਼ ਫਾਰ ਦੈਮ ਟੂ ਲੁੱਕ। ਸਰ ਇਨੀਸ਼ੀਅਲੀ ਇਨਵੈਸਟੀਗੇਸ਼ਨ ਚ ਕੁਝ ਆਇਆ ਹੋਵੇ ਕਿ ਜਿਹਨੇ ਇਹ ਵਾਰਦਾਤ ਕੀਤੀ ਹੈ, ਇਸ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ, ਉਹਨਾਂ ਨੂੰ ਕੋਈ ਕਮਿਸ਼ਨ ਦੇਣਾ ਸੀ ਜਾਂ ਕੋਈ ਫੰਡਿੰਗ ਆਣੀ ਸੀ ਜਾਂ ਲੋਜਿਸਟਿਕ ਚੀਜ਼ਾਂ ਮੁਹੱਈਆ ਕਰਾਉਣੀ ਸੀ, ਹੁਣ ਤੱਕ ਦੀ ਇਨੀਸ਼ੀਅਲੀ ਕੁਝ ਇਹਨਾਂ ਦੇ ਨਾ ਅਕਾਊਂਟ ਡਿਟੇਲ ਵਗੈਰਾ ਅਸੀਂ ਫਰੋਲ ਰਹੇ ਹਾਂ, ਤੋ ਦੇਖ ਕੇ ਦੇਖਾਂਗੇ ਟ੍ਰਾਂਜੈਕਸ਼ਨ ਵਗੈਰਾ ਕੀ ਹੈਗੀ, ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਵੀ ਨਾਲ ਹੀ ਕਰਾਂਗੇ, ਸਾਡੇ ਕੋਲ ਇੱਕ ਡੈਡੀਕੇਟਿਡ FIU ਬਣਾਈ ਹੋਈ ਹੈ ਜੋ ਇਹਨੂੰ ਇਨਵੈਸਟੀਗੇਟ ਕਰੇਗੀ।
ਜੀ ਜੀ ਉਹ ਹੁਣ ਇਹਨਾਂ ਨੂੰ ਪੁੱਛਗਿੱਛ ਕਰਾਂਗੇ ਜੀ ਅਰੈਸਟ ਤੋਂ ਬਾਅਦ ਫਿਰ ਕਲੀਅਰ ਹੋਏ।